میری کوشش ہوندی ہے میری پینٹنگ دے وچ اگر 4:20 نے نا پھر 4:20 نظر آن لاہور شہر نو کوئی ایسا 24 گھنٹے دا ٹائم نہیں جڑا کہ میں اس نو پینٹ نہ کیتا ہوئے کچھ شہراں دی مٹی دا خمیر آرٹ تے لٹریچر لئی بڑا موافق آندا ہے لاہور شہر دا ماحول ایتھے دیاں بیٹھکاں ایتھے دے کھانے گلاں تے ایتھے دی زندگی دی رفتار شاید فنکار لئی بڑی آئیڈیل ہے اج اسی ایک ایسے آرٹسٹ نال ملاں گے جنہیں پرانے لاہور دی ہر گلی ہر بازار خوشبو تے رنگ اپنے کینوس تے اتارے نے اج دی لاہور ڈائری ہے ذوالفقار زلفی دے بارے وچ ਅਸੀਂ ਜਿੱਥੇ ਖਲੋਤੇ ਹਾਂ ਇਹ ਦਿੱਲੀ ਗੇਟ ਅਸੀਂ ਤਾਂ ਇਹਨੂੰ ਦਿੱਲੀ ਗੇਟ ਕਹਿੰਦੇ ਹਾਂ ਇਸ ਗੇਟ ਨੂੰ ਮੇਰਾ ਖਿਆਲ ਹੈ ਮੈਂ ਇਹਦੀਆਂ ਕੋਈ ਦਰਜਨਾਂ ਪੇਂਟਿੰਗਾਂ ਕੀਤੀਆਂ ਨੇ ਗੇਟ 'ਤੇ ਅੰਦਰੋਂ ਉੱਧਰੋਂ ਵਿੱਚ ਖਲੋ ਕੇ ਲਾਹੌਰ ਸ਼ਹਿਰ ਨੂੰ ਪੇਂਟ ਕਰਨ ਦਾ ਪੈਲਟ ਅਲੱਗ ਹੈ ਝਰੋਕੇ ਨੇ ਨਾ ਬਾਲਕਨੀਜ਼ ਨੇ ਕਦੀ ਕਦੀ ਮੈਂ ਪਰਦਾ ਪਾ ਕੇ ਵਿੱਚੋਂ ਥੋੜ੍ਹਾ ਜਿਹਾ ਉਹਦੇ ਝਾਕੀ ਵੀ ਮਰਾ ਦਿੰਦਾ ਕਿਸੇ ਕੁੜੀ ਦੀ ਇਹ ਜਿੱਥੇ ਅਸੀਂ ਖਲੋਤੇ ਹਾਂ ਇਹਨੂੰ ਕਹਿੰਦੇ ਨੇ ਚਿੱਟਾ ਗੇਟ ਇਹ ਬੜਾ ਫੇਵਰੇਟ ਸਪੋਟ ਹੈ ਮੇਰਾ ਕਿ ਹਰ ਆਰਟਿਸਟ ਦਾ ਜਿਸ ਜਿਸ ਨੇ ਲਾਹੌਰ ਨੂੰ ਪੇਂਟ ਕੀਤਾ ਹੈ ਇਹ ਮੀਨਾਰ ਨੂੰ ਹਰ ਪੇਂਟਰ ਨੇ ਪੇਂਟ ਕੀਤਾ ਹੈ ਕਿਉਂਕਿ ਲਾਹੌਰ ਸ਼ਹਿਰ ਵਾਲਡ ਸਿਟੀ ਹੈ ਅਤੇ ਰੈੱਡ ਬ੍ਰਿਕਸ ਦਾ ਸ਼ਹਿਰ ਹੈ ਅਤੇ ਇਹਦਾ ਟੈਕਸਚਰ ਇਹਦੇ ਕਲਰਸ ਵਾਰਮ ਨੇ ਸਾਰੇ ਤੇਜ਼ ਧੁੱਪ ਦੇ ਵਿੱਚ ਜਿਹੜੀ ਟੋਨਸ ਨੇ ਉਹ ਲਾਈਟਰ ਹੋ ਜਾਂਦੀਆਂ ਨੇ ਉਹਦੀ ਡਿਟੇਲਸ ਖਤਮ ਹੋ ਜਾਂਦੀਆਂ ਨੇ ਅਤੇ ਇੱਥੇ ਯੈਲੋਸ਼ ਟਿੰਟ ਆ ਜਾਂਦੀ ਹੈ ਹਰ ਚੀਜ਼ ਦੇ ਉੱਤੇ ਭਾਈ ਸਾਹਿਬ ਸਨ ਰੰਗੂ ਆਰਟਸ ਦੇ ਨਾਂ ਤੋਂ ਉਹਨਾਂ ਦੀ ਡੀ ਜੀ ਖਾਨ ਵਿੱਚ ਪੇਂਟਰ ਸਨ ਉਹ ਬੋਰਡ ਲਿਖਣੇ ਸਾਂ ਦੀਵਾਰਾਂ ਲਿਖਣੇ ਸਾਂ ਸਟੋਨ ਮਾਈਲਸ ਕਿਲੋਮੀਟਰ ਜਿਹੜੇ ਮਾਈਲ ਸਟੋਨਸ ਨੇ ਉਹ ਲਿਖਣੇ ਸਾਂ ਸਾਈਕਲ ਦੇ ਪਿੱਛੇ ਨੰਬਰ ਪਲੇਟਾਂ ਯੇ ਉਹ ਸਾਰੀ ਜੋ ਪੇਂਟਰ ਕਰਦੇ ਨੇ ਅਤੇ ਹੁਣ ਤਾਂ ਮੈਂ 35 ਸਾਲ ਤੋਂ ਇੱਥੇ ਹਾਂ ਔਰ ਮੈਂ ਕੋਈ 10 ਸਾਲ ਅੰਦਰੂਨੇ ਸ਼ਹਿਰ ਰਿਹਾ ਚੂਨਾ ਮੰਡੀ ਅਤੇ ਮੇਰੇ ਤੋਂ ਤਾਂ ਜ਼ਿਆਦਾ ਲੌਰੀਆ ਹੈ ਹੀ ਕੋਈ ਨਹੀਂ ਹਰ ਫਨਕਾਰ ਦੇ ਕੰਮ ਕਰਨ ਦਾ ਤਰੀਕਾ ਵੱਖਰਾ ਹੁੰਦਾ ਕੋਈ ਗਾਣੇ ਲਾ ਕੇ ਆਪਣੇ ਸਟੂਡੀਓ 'ਚ 6-6 ਘੰਟੇ ਕੰਮ ਕਰਦਾ ਅਤੇ ਕੋਈ ਫਿਰ ਟੁਰ ਕੇ ਇੰਸਪੀਰੇਸ਼ਨ ਲੱਭਦਾ ਜੇ ਸਾਨੂੰ ਇਹ ਪ੍ਰੋਸੈਸ ਸਮਝ ਆ ਜਾਏ ਤਾਂ ਸ਼ਾਇਦ ਆਰਟਿਸਟ ਦੇ ਆਰਟ ਨੂੰ ਚੰਗੇ ਤਰੀਕੇ ਨਾਲ ਅਪਰੀਸ਼ੀਏਟ ਕੀਤਾ ਜਾ ਸਕਦਾ 20 ਸਾਲ ਪੁਰਾਣੀ ਪੈਲਟ ਹੈ ਔਰ ਇਹ 25 ਸਾਲ ਪੁਰਾਣਾ ਮੇਰਾ ਈਜ਼ਲ ਹੈ ਰੰਗ ਨੇ ਇਹ ਸਾਰੇ ਇਹ ਲੇਅਰਸ ਕੰਮ ਕਰ ਕਰਕੇ ਜਿਹੜਾ ਇਹਨੂੰ ਟੱਚ ਕਰਦਾ ਹੈ ਉਹ ਇੰਨਾ ਥਿੱਕ ਹੋ ਗਿਆ ਅਤੇ ਰੂਟੀਨ ਹੈ ਵੀ ਕਿ ਮੈਂ ਡੇਲੀ ਪੇਂਟ ਕਰਨਾ ਵਾਂ ਮੇਰੀ ਇੰਨੀ ਸਪੀਡ ਹੈ ਮੈਂ ਇੰਨਾ ਇਮੋਸ਼ਨਲੀ ਕੰਮ ਕਰਨਾ ਸੋ ਮੇਰੀ ਪ੍ਰੋਡਕਸ਼ਨ ਬਹੁਤ ਹੈ ਇਹ ਦਰਅਸਲ ਹੈ ਪੇਂਟਿੰਗ ਦੀ ਆਖਰੀ ਫਾਈਨਲ ਸਟੇਜ ਹੈ ਅਰਲੀ ਮਾਰਨਿੰਗ ਕਸ਼ਮੀਰੀ ਬਾਜ਼ਾਰ ਹੈ ਇਹ ਪੇਂਟਿੰਗ ਦੀ ਮੇਰੀ ਕੋਈ 4th sitting ਹੈ ਇਹ 4th sitting ਮੇਰੀ ਮੈਕਸੀਮਮ ਸਿਟਿੰਗਸ ਹੁੰਦੀਆਂ ਨੇ 3-4 ਹੁਣ ਇਹਦੇ 'ਚ ਮੈਂ ਟੈਕਨੀਕਲੀ ਚੀਜ਼ਾਂ ਨੂੰ ਚੈੱਕ ਕਰ ਰਿਹਾ ਕਿ ਇਹਦੇ 'ਚ ਪਰਸਪੈਕਟਿਵ ਲਿਆਉਣ ਲਈ ਮੈਨੂੰ ਕਿੱਥੇ ਡਾਰਕ ਔਰ ਕਿੱਥੇ ਲਾਈਟ ਕੱਟੇ ਸੋਚਣ ਵਾਲੀ ਗੱਲ ਹੈ ਵੇ ਕਿ ਆਰਟਿਸਟ ਨੂੰ ਕਦੋਂ ਪਤਾ ਲੱਗਦਾ ਹੈ ਕਿ ਉਹਦੀ ਪੇਂਟਿੰਗ ਹੁਣ ਕੰਪਲੀਟ ਹੈ
ਕਿਹੜੇ ਸਟ੍ਰੋਕ ਦੇ ਬਾਅਦ ਉਹ ਬ੍ਰਸ਼ ਸਾਈਡ ਤੇ ਰੱਖ ਕੇ ਕਹਿੰਦਾ ਹੈ ਕਿ ਹੁਣ ਬਸ? ਇੱਕ ਚੀਜ਼ ਨੂੰ ਕਿਸੇ ਹੱਦ ਤਾਈਂ ਛੱਡਣਾ ਪੈਂਦਾ ਦੂਜੀ ਨਵੀਂ ਚੀਜ਼ ਸ਼ੁਰੂ ਕਰਨ ਲਈ। ਇਸ ਲਈ ਪੇਂਟਿੰਗ ਨੂੰ ਈਜ਼ਲ ਤੋਂ ਉਤਾਰ ਕੇ ਫਰੇਮ ਕਰਕੇ ਕਲਾਇੰਟ ਨੂੰ ਦੇ ਦਿੰਦੀ ਹਾਂ ਕਿ ਚਲੋ ਨੈਕਸਟ 'ਤੇ ਕੰਮ ਕਰਾਂਗੇ ਮਜ਼ੀਦ। ਮੈਂ ਤਾਂ ਲੋਕਾਂ ਨੂੰ ਕਹਿੰਦਾ ਇਹ ਅਸੀਂ ਕਿੰਨੇ ਖੁਸ਼ਕਿਸਮਤ ਹਾਂ ਜੋ ਕ੍ਰੀਏਟਰ ਲੋਕ ਨੇ ਕਿ ਆਪਣੀ ਸੈਟਿਸਫੈਕਸ਼ਨ ਲਈ ਕੰਮ ਕਰਨੇ ਅਸੀਂ। ਮਤਲਬ ਮੈਂ ਜਦੋਂ ਪੇਂਟਿੰਗ ਕਰ ਰਿਹਾ ਹੁੰਦਾ ਮੇਰਾ ਉਹ ਬੈਸਟ ਟਾਈਮ ਹੁੰਦਾ ਹੈ ਜ਼ਿੰਦਗੀ ਦਾ। ਉਹਦੇ ਬਾਅਦ ਉਹ ਪੇਂਟਿੰਗ ਫਰੇਮ ਕਰਾ ਦਿੰਦਾ ਮੈਂ, ਫਿਰ ਉਹ ਕੋਈ ਆਰਟ ਬਾਇਰ ਖਰੀਦ ਕੇ ਲੈ ਜਾਂਦਾ ਹੈ ਕੋਈ ਤਿੰਨ ਚਾਰ ਲੱਖ ਰੁਪਏ ਦੀ। ਅਤੇ ਕਿੰਨੇ ਮਜ਼ੇ ਦਾ ਕੰਮ ਹੈ, ਇਹਦੇ ਤੋਂ ਥਕਾਵਟ ਹੋ ਹੀ ਨਹੀਂ ਸਕਦੀ, ਹੁੰਦੀ ਹੀ ਨਹੀਂ। ਪਿਛਲੇ 45 ਸਾਲਾਂ ਤੋਂ ਇਹ ਡੇਲੀ ਦੀ ਮੇਰੀ ਐਕਸਰਸਾਈਜ਼ ਹੈ, ਬ੍ਰਸ਼ ਧੋ ਕੇ ਸੋਨਾ ਸਾਫ਼ ਕਰਕੇ 45 ਸਾਲ ਮਿੱਟੀ ਦੀ ਤੇਲ ਦੀ ਸਮੈਲ, ਇਹ ਰੰਗ ਦੀ ਖੁਸ਼ਬੂ ਮੇਰੇ ਜਿਸਮ ਦਾ ਹਿੱਸਾ ਨਹੀਂ।